माता जी आप सलमान खान जी को जानते हो? सुना उनके बारे में? ये जो आज आपका बेटे का इलाज हो रहा है ना सारा, उनकी तरफ से हो रहा है। उनका आज जन्मदिन है। परमात्मा इनको सुख शांति दे, इनको भगवान बन के आए हमारी जिंदगी में। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ, ਤੇ ਹੁਣ ਅਸੀਂ ਗੱਲ ਕਰਾਂਗੇ ਉਸ ਪੰਜਾਬੀ ਮੁੰਡੇ ਦੀ ਜੋ ਕਿ ਆਪਣੀ NGO ਵੀ ਡੋਂਟ ਐਕਸੈਪਟ ਮਨੀ ਔਰ ਥਿੰਗਸ ਦੇ ਰਾਹੀਂ ਕਰਦਾ ਹੈ ਸੋਸ਼ਲ ਵਰਕ, ਤੇ ਆਉਂਦੇ ਸਮੇਂ ਸਾਨੂੰ ਗਿੱਪੀ ਗਰੇਵਾਲ ਦੀ ਫਿਲਮ ਇੱਕ ਸੰਧੂ ਹੁੰਦਾ ਸੀ ਦੇ ਵਿੱਚ ਵੀ ਨਜ਼ਰ ਆਏਗਾ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਅਨਮੋਲ ਕੁਆਤਰਾ ਦੀ। ਅਨਮੋਲ ਕੁਆਤਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੇਹੱਦ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਅਨਮੋਲ ਕੁਆਤਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਸਲਮਾਨ ਖਾਨ ਦੀ ਵਜ੍ਹਾ ਨਾਲ ਇੱਕ ਫੈਨ ਨੇ ਕੀਤੀ ਹੈ ਇੱਕ ਮਰੀਜ਼ ਦੀ ਮਦਦ। ਕਿੱਥੋਂ ਸ਼ੁਰੂ ਕਰਾਂ, ਕੀ ਨਹੀਂ ਅੱਜ, ਮਤਲਬ ਇੱਕ ਚਾਹ ਜਿਹਾ ਲਾ ਲਓ ਜਾਂ ਇੱਕ ਕੀ ਨਾਮ ਹੈ ਬਾਈ ਤੇਰਾ? ਚਿੰਟੂ। ਅੱਜ ਚਿੰਟੂ ਜਿਹੜਾ ਮੇਰਾ ਵੀਰ, ਲਿਆਓ ਲਿਆਓ ਧਿਆਨ ਨਾਲ ਲਿਆਓ ਲਿਆਓ ਪਹਿਲਾਂ ਆ ਜਾ ਆ ਜਾ ਆ ਜਾ ਪਾਓ ਪਾਓ। ਜੈ ਹਿੰਦ ਸਰ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ। ਅੱਜ ਜਿਹੜਾ ਚਿੰਟੂ ਵੀਰ ਤੁਸੀਂ ਦੇਖ ਰਹੇ ਹੋ ਨਾ, ਮਤਲਬ ਮੇਰੀ ਲਾਈਫ ਦੀ ਆ ਸਭ ਤੋਂ ਇੱਕ ਅਹਿਮ ਵੀਡੀਓ ਲਾ ਲਓ ਜਾਂ ਇੱਕ ਬੜਾ ਮੇਰੀ ਪਿਛਲੇ ਤੇਈ ਚੌਵੀ ਸਾਲ ਦੀ ਉਮਰ ਦੇ ਵਿੱਚ ਆਹ ਦਿਨ ਹੈ ਨਾ ਜਿਹੜਾ ਅੱਜ ਵਾਲਾ, ਮੈਂ ਬਿਆਨ ਨਹੀਂ ਕਰ ਸਕਦਾ। ਪੂਰੀ ਲਾਈਫ ਦੇ ਵਿੱਚ ਵੀ ਜੇ ਬੋਲਦਾ ਰਹਾਂ ਨਾ ਤਾਂ ਮੈਨੂੰ ਲੱਗਦਾ ਘੱਟ, ਅੱਜ ਆ ਬਰਥਡੇ ਸਲਮਾਨ ਖਾਨ ਭਾਈ ਦਾ। ਔਰ ਇਹ ਗੱਲ ਦਾ ਮੈਨੂੰ ਇੱਕ ਘੰਟਾ ਪਹਿਲਾਂ ਪਤਾ ਲੱਗਿਆ। ਮੇਰੇ ਲਈ ਸ਼ਰਮ ਵਾਲੀ ਗੱਲ ਹੈ ਕਿ ਇੰਨੇ ਵੱਡੇ ਲੈਜੈਂਡ ਦਾ ਮੈਨੂੰ ਬਰਥਡੇ ਇੱਕ ਘੰਟਾ ਪਹਿਲਾਂ ਪਤਾ ਲੱਗਿਆ। ਮੇਰੇ ਕੋਲ ਇੱਕ ਮੇਰਾ ਵੀਰ ਖੜਾ, ਉਹ ਕੈਮਰੇ ਮੂਹਰੇ ਨਹੀਂ ਆਉਣਾ ਚਾਹੁੰਦਾ। ਉਹ ਵੀਰ ਦਾ ਨਾਮ ਹੈ ਕੀਰਤਨ, ਵੀਰੇ ਨੇ ਮਨਾ ਕੀਤਾ ਸੀ ਨਾਮ ਨਹੀਂ ਲੈਣਾ, ਪਰ ਮੈਂ ਹੁਣ ਫੀਲਿੰਗਾਂ ਸਾਡੀਆਂ ਕੋਈ ਰੋਕ ਨਹੀਂ ਸਕਦਾ। ਅਤੇ ਜਿਹੜਾ ਉਹ ਕੀਰਤਨ ਵੀਰ ਅੱਜ ਆਇਆ ਨਾ ਸਾਡੇ ਕੋਲ, ਕਹਿੰਦਾ ਵੀਰੇ ਅੱਜ ਸੇਵਾ ਲਵਾਓ, ਬਹੁਤ ਅਹਿਮ ਦਿਨ ਹੈ। ਮੈਨੂੰ ਦੱਸਿਆ ਨਹੀਂ ਕੀ ਹੈ। ਕਹਿੰਦੇ ਵੀਰੇ ਅੱਜ ਤੁਹਾਡੇ ਕੋਲ ਜਿੰਨੇ ਵੀ ਮਰੀਜ਼ ਹੈ ਨਾ ਹੋਸਪਿਟਲ ਦੇ ਵਿੱਚ, ਜਿੰਨੀ ਵੀ ਉਹਨਾਂ ਦੀ ਸੇਵਾ ਬਣਦੀ, ਤੁਸੀਂ ਜਿੰਨੀ ਵੀ ਲਿਖੀ ਹੈ ਉਹ ਸਾਰੀ ਲਾ ਦਿਓ। ਮੈਂ ਇੰਨਾ ਧਿਆਨ ਨਹੀਂ ਦਿੱਤਾ ਕਿ ਬਾਈ ਦਾ ਕਿਹੜਾ ਸਪੈਸ਼ਲ ਦਿਨ ਹੈ। ਵੀਰੇ ਕਹਿੰਦਾ ਸੇਵਾ ਲਾ ਦਿਓ। ਕੁਦਰਤੀ ਅੱਜ ਵਾਹਿਗੁਰੂ ਦੀ ਇੰਨੀ ਮਿਹਰ ਹੋਈ, ਵਾਹਿਗੁਰੂ ਦਾ ਇੰਨਾ ਆਸ਼ੀਰਵਾਦ ਹੋਇਆ, ਸਾਡੇ ਕੋਲ ਪੇਸ਼ੈਂਟ ਨਹੀਂ ਸੀ ਜਿਹਨਾਂ ਦੀ ਮਦਦ ਕਰਨੀ ਸੀ। ਇਹ ਜਿਹੜੇ ਪੇਸ਼ੈਂਟ ਦੇ ਅੱਜ ਅਸੀਂ ਘਰ ਆਏ ਹਾਂ ਨਾ, ਇਹ ਬਾਈ ਨੇ ਮਜਬੂਰ ਕੀਤਾ ਕਿ ਵੀਰੇ ਪੇਸ਼ੈਂਟ ਦੀ ਅੱਜ ਮਦਦ ਕਰਨੀ ਹੀ ਕਰਨੀ। ਅਸਲ 'ਚ ਕੀ ਹੋਇਆ ਜੀ, ਸਾਡੇ ਕੋਲ ਮਾਤਾ, ਮਾਤਾ ਜੀ ਆ ਜਾਓ। ਕੀ ਨਾਮ ਮਾਤਾ ਜੀ ਤੁਹਾਡਾ? ਇਹ ਮਾਤਾ ਜੀ ਨਾ ਮਮਤਾ ਜੀ, ਸਾਡੀ ਮਾਂ ਅੱਜ ਮਦਦ ਲੈਣ ਆਏ ਸਾਡੇ ਕੋਲ ਹੋਸਪਿਟਲ ਦੇ ਵਿੱਚ ਮਿਲਣ ਆਏ। ਅਤੇ ਮਾਤਾ ਗੱਲ ਕਰਦੇ ਕਰਦੇ ਨਾ ਇੱਕੋ ਦਮ ਪੂਰਾ ਪਿੱਛੇ ਗਿਰ ਗਏ, ਮਤਲਬ ਸਮਝ ਲਓ ਕਿ ਇਸ ਤਰ੍ਹਾਂ ਗਿਰੇ ਸੀਗੇ ਕਿ ਇੱਕ ਆਮ ਬੰਦਾ ਦੇਖ ਕੇ ਘਬਰਾ ਜਾਵੇ। ਅਤੇ ਜਦੋਂ ਮਾਤਾ ਜੀ ਨੂੰ ਪੁੱਛਿਆ ਤਾਂ ਕੀ ਹੋਇਆ, ਮਤਲਬ ਮਾਤਾ ਜੀ ਨੂੰ ਆਪ ਨੂੰ ਦੌਰੇ ਪੈਂਦੇ ਪਿਛਲੇ 24-25 ਸਾਲਾਂ ਤੋਂ, ਤਾਂ ਮਾਤਾ ਉੱਥੇ ਰੋ ਕੇ, ਮਤਲਬ ਜਦੋਂ ਮਾਤਾ ਆਪ ਇੱਕ ਦੌਰੇ ਵਾਲੀ ਹਾਲਤ ਦੇ ਵਿੱਚ ਸੀਗੀ, ਮਾਤਾ ਰੋ ਕੇ ਇੱਕੋ ਗੱਲ ਕਹਿ ਰਹੀ ਸੀ ਕਿ ਮੇਰੇ ਮੁੰਡੇ ਦਾ ਇਲਾਜ ਕਰਾ ਦੇ। ਐਕਚੁਅਲੀ ਇਹਨਾਂ ਦੇ ਬੇਟੇ ਦਾ ਐਕਸੀਡੈਂਟ ਹੋਇਆ ਅੱਜ ਤੋਂ 15 ਦਿਨ ਪਹਿਲਾਂ ਬਾਈਕ 'ਤੇ, ਅਤੇ ਲੱਤ ਟੁੱਟ ਗਈ। ਲੱਤ ਟੁੱਟਣ 'ਤੇ ਇਹਨਾਂ ਨੇ ਐਡਮਿਟ ਕਰਾਇਆ ਹੋਸਪਿਟਲ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਸੈੱਲ ਘੱਟ ਗਏ। ਇਹਨਾਂ ਨੇ ਜਿਹੜਾ 30-35 ਹਜ਼ਾਰ ਰੁਪਏ ਕਰਜ਼ਾ ਚੱਕ ਕੇ ਸੈੱਲ ਵਧਾਉਣ ਦੇ ਚੱਕਰ 'ਚ ਲਾ ਤਾ, ਲੱਤ ਦੇ ਵਿੱਚ ਰਾੜ ਫਿਰ ਨਹੀਂ ਪਈ। ਤਾਂ ਜਿਹੜੇ ਸੈੱਲ ਸੀਗੇ ਉਹ ਠੀਕ ਹੋਣ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਜੀ 35-40 ਹਜ਼ਾਰ ਰੁਪਏ ਲੱਗ ਗਿਆ, ਹੁਣ ਰਾੜ ਪੈਣ ਵਾਸਤੇ 30-35 ਹਜ਼ਾਰ ਲਿਆਓ। ਇਹ ਪਰਿਵਾਰ ਕੋਲ ਪੈਸੇ ਨਹੀਂ ਸੀਗੇ, ਤਾਂ ਇਹਨਾਂ ਨੇ ਮਰੀਜ਼ ਨੂੰ ਘਰ ਲਿਜਾ ਕੇ, ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਨੇ, ਘਰ ਲਿਜਾ ਕੇ ਰੱਖ ਲਿਆ। ਮਾਤਾ ਜੀ ਆਪ ਸਲਮਾਨ ਖਾਨ ਜੀ ਕੋ ਜਾਣਦੇ ਹੋ? ਸੁਣਿਆ ਉਨਕੇ ਬਾਰੇ ਮੈਂ? ਇਹ ਜੋ ਆਜ ਆਪਕਾ ਬੇਟੇ ਕਾ ਇਲਾਜ ਹੋ ਰਹਾ ਨਾ ਸਾਰਾ, ਉਨਕੀ ਤਰਫ ਸੇ ਹੋ ਰਹਾ ਹੈ। ਉਨਕਾ ਆਜ ਜਨਮ ਦਿਨ ਹੈ। ਪਰਮਾਤਮਾ ਇਨਕੋ ਸੁਖ ਸ਼ਾਂਤੀ ਦੇ, ਇਨਕੋ ਭਗਵਾਨ ਬਣ ਕੇ ਆਏ ਹਮਾਰੀ ਜ਼ਿੰਦਗੀ ਮੇਂ। ਸਲਮਾਨ ਖਾਨ ਭਾਈ ਤੱਕ ਇਹ ਵੀਡੀਓ ਪਤਾ ਨਹੀਂ ਪਹੁੰਚਣੀ ਕਿ ਨਹੀਂ ਪਹੁੰਚਣੀ, ਪਰ ਜਿਹੜੇ ਜਾਂ ਵੀਰ ਨੇ ਉਹਨਾਂ ਦਾ ਕੰਮ ਕੀਤਾ ਨਾ, ਇਹ ਬੰਦਾ ਇੰਨਾ ਵੱਡਾ ਫੈਨ ਆ ਉਹਨਾਂ ਦਾ, ਮਤਲਬ ਮੈਂ ਹੁਣ ਬੋਲ ਨਹੀਂ ਸਕਦਾ। ਮੈਂ ਮਤਲਬ ਸਮਝ ਲਓ ਬਾਈ ਨੂੰ ਪੁੱਛਿਆ, ਮੈਂ ਕਿਹਾ ਵੀਰੇ ਕਿੱਦਾਂ ਤੁਸੀਂ ਇੰਨੇ ਵੱਡੇ ਫੈਨ ਹੋ? ਉਹਨਾਂ ਨੇ ਸਾਰੀ ਸਟੋਰੀ ਦੱਸੀ ਕਿ ਮੈਂ ਬਾਈ ਨੂੰ ਮਿਲਣਾ ਚਾਹੁੰਦਾ ਸੀ, ਸਲਮਾਨ ਖਾਨ ਵੀਰੇ ਨੂੰ ਮਿਲਣਾ ਸੀ, ਮੈਂ ਕਿੱਦਾਂ ਮਿਲਿਆ। ਮੈਂ ਮਤਲਬ ਇੱਕ ਤਰ੍ਹਾਂ ਦੇ ਸਮਝ ਲਓ ਮੈਂ ਹੁਣ ਫੀਲਿੰਗ ਕੱਢ ਨਹੀਂ ਸਕਦਾ ਬਾਹਰ, ਪਰ ਮੈਂ ਆਪਣੀ ਲਾਈਫ 'ਚ ਇਸ ਤਰ੍ਹਾਂ ਦੀ ਸਮਝ ਲਓ, ਜੇ ਮੈਂ ਸਲਮਾਨ ਖਾਨ ਦੀ 100% ਇੱਜ਼ਤ ਕਰਦਾ ਸੀ, ਇਸ ਬੰਦੇ ਨੂੰ ਮਿਲਣ ਤੋਂ ਬਾਅਦ 500% ਕਰੂੰਗਾ।
ਯਾਰ ਉਹ ਬੰਦੇ ਨੇ ਮਤਲਬ ਉਹ ਇੱਕ ਮਾਂ ਜਿਹੜੀ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀਗਾ, ਡਾਕਟਰ ਨੇ 30-35 ਹਜ਼ਾਰ ਖਰਚਾ ਦੱਸਿਆ ਕਿ ਇਹਦੀ ਲੱਤ ਜੁੜਨ 'ਤੇ 30-35 ਹਜ਼ਾਰ ਲੱਗਣਾ, ਹਫ਼ਤੇ ਤੋਂ ਪਰਿਵਾਰ ਘਰ ਬੈਠਾ, ਮਤਲਬ ਅੱਜ ਇੱਕ ਉਹਨਾਂ ਦੇ ਜਨਮ ਦਿਨ 'ਤੇ ਉਹ ਪਰਿਵਾਰ ਦਾ ਬੱਚਾ ਸੁਖੀ ਹੋ ਕੇ ਤੁਰਨ ਲੱਗ ਜੂਗਾ। ਰੋਣਾ ਨਹੀਂ ਮਾਦੇ, ਰੋਣਾ ਨਹੀਂ, ਰੋਣਾ ਨਹੀਂ। ਆਪਕੋ ਸਲਮਾਨ ਖਾਨ ਜੋ ਹੈ ਉਸਕਾ ਜਨਮ ਦਿਨ ਹੈ, ਇਹ ਉਨਕੇ ਭਾਈ ਹੈ ਬੜੇ, ਤੋ ਇਹਨਾਂ ਨੇ ਅੱਜ ਜੋ ਆਪਕਾ ਉਹ ਕੀਆ ਹੈ ਉਹ ਸਾਰਾ ਖਰਚਾ ਇਨਕੀ ਤਰਫ ਸੇ। ਖਰਚੇ ਪਾਣੀ ਵਾਸਤੇ ਪੈਸੇ ਦਵਾਏ ਤੇ ਪਰਚੀ ਤੇ ਲਿਖ ਕੇ ਦੇ ਦਿੱਤਾ ਕਿ ਸਵੇਰੇ ਡਾਕਟਰ ਨੂੰ ਮਿਲਣੀ ਹੋ, ਤੁਹਾਡਾ ਖਰਚਾ ਫ੍ਰੀ ਹੋ ਜਾਊਗਾ। ਪਰ ਮੈਨੂੰ ਆ ਵੀਰ ਕਹਿੰਦਾ ਵੀਰੇ ਅੱਜ ਮੇਰੇ ਉਸਤਾਦ ਦਾ ਜਨਮ ਦਿਨ ਹੈ ਤੇ ਸੇਵਾ ਅੱਜ ਹੀ ਕਰਨੀ ਹੈ, ਤੇ ਬਾਈ ਸਪੈਸ਼ਲ ਐਂਬੂਲੈਂਸ ਲੈ ਕੇ ਘਰੇ ਪਹੁੰਚੇ, ਕਹਿੰਦੇ ਵੀਰੇ ਹੁਣੀ ਐਡਮਿਟ ਕਰਾਓ, ਸਵੇਰੇ ਓਪਰੇਸ਼ਨ ਹੋਣਾ ਚਾਹੀਦਾ। ਯਾਰ ਮੇਰੀ ਬੇਨਤੀ ਹੈ, ਮੈਂ ਅੱਜ ਤੱਕ ਕਦੀ ਕਿਸੇ ਵੀਡੀਓ 'ਚ ਆਹ ਬੇਨਤੀ ਨਹੀਂ ਕੀਤੀ, ਆਹ ਵੀਰੇ ਦੀ ਵੀਡੀਓ ਸਲਮਾਨ ਭਾਈ ਤੱਕ ਜ਼ਰੂਰ ਪਹੁੰਚਾ ਦਿਓ। ਅਕਸਰ ਫੈਨਸ ਆਪਣੇ ਪਸੰਦੀਦਾ ਕਲਾਕਾਰਾਂ ਦੇ ਲਈ ਕੁਝ ਨਾ ਕੁਝ ਕਰਦੇ ਨਜ਼ਰ ਆਉਂਦੇ ਨੇ, ਫਿਰ ਭਾਵੇਂ ਉਹ ਆਪਣੇ ਗੱਡੀਆਂ 'ਤੇ ਸਟਿੱਕਰ ਲਗਵਾਉਣ ਜਾਂ ਆਪਣੀ ਬਾਡੀ ਦੇ ਉੱਤੇ ਟੈਟੂ ਬਣਵਾਉਣ। ਪਰ ਸਲਮਾਨ ਖਾਨ ਦੇ ਇਸ ਫੈਨ ਵੱਲੋਂ ਚੁੱਕੇ ਗਏ ਇਸ ਕਦਮ ਦੇ ਬਾਰੇ ਤੁਹਾਡੀ ਕੀ ਰਾਏ ਹੈ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਅਤੇ ਨਵੇਂ ਅਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ, ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਆਵਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।